ਘਰ ਦੇ ਬੋਲਦੇ ਸੀ ਕਿ ਸਾਨੂੰ ਚੰਗਾ ਨਹੀਂ ਲੱਗਦਾ ਹੈਗਾ ਕਿ ਸਾਡੀ ਨੂੰ ਇੱਥੇ ਰੇੜੀ ਤੇ ਕੰਮ ਕਰਦੀ ਹੈ ਤੇ ਹੋਰ ਵੀ ਪਿੰਡ ਦੇ ਲੋਕ ਵੀ ਉਹਨਾਂ ਨੂੰ ਜਾ ਕੇ ਲੰਬੇ ਦਿੰਦੇ ਸੀਗੇ ਸਾਡੀ ਨੂੰ ਇੱਥੇ ਕੰਮ ਕਰਦੀ ਹੈ ਇਹ ਆ ਉਹ ਆ ਬਹੁਤ ਸਾਰੀਆਂ ਗੱਲਾਂ ਕਰਦੇ ਸੀ ਤਰ੍ਹਾਂ ਤਰ੍ਹਾਂ ਸਾਨੂੰ ਮਤਲਬ ਕੰਮ ਦਾ ਕੋਈ ਸਿਸਟਮ ਸਮਝ ਨਹੀਂ ਆ ਰਿਹਾ ਸੀ ਕਿਉਂ ਮੈਨੂੰ 1 ਸਾਲ ਵੇਲਾ ਰਹਿਣਾ ਪਿਆ ਵਿੱਚ ਮੈਂ ਕਿ ਚਲੋ ਹੋ ਜਾਏਗਾ 10-15 ਹਜ਼ਾਰ ਜੇ ਸ਼ੁਰੂ ਕਰਨਾ ਹੀ ਜਦੋਂ ਆਪਾਂ ਹੱਥ ਪਾਇਆ ਨਾ ਇਹਦੇ ਵਿੱਚ ਹੌਲੀ ਹੌਲੀ ਕਰਦੇ ਕਰਦੇ 50 ਹਜ਼ਾਰ ਰੁਪਇਆ ਸਾਨੂੰ ਇਹਦੇ ਵਿੱਚ ਲੱਗ ਗਿਆ ਮੇਰੇ ਪਾਪਾ ਨੂੰ ਕਿ ਕਿਸੇ ਨੇ ਦੱਸਿਆ ਸੀ ਕਿ ਕੋਈ ਇਸ ਤਰ੍ਹਾਂ ਬਾਹਰ ਗੱਲ ਕਰਦਾ ਕਿ ਇੱਕ ਬੰਦੇ ਨੇ ਇਦਾਂ ਗੱਲ ਕੀਤੀ ਕਿ ਇੱਕ ਜਨਾਨੀ ਬੜੀ ਸੋਹਣੀ ਆ ਉੱਥੇ ਜਾ ਕੇ ਉਹਦੇ ਕੋਲ ਜਾ ਕੇ ਆਪਾਂ ਖਾਣੇ ਆ ਬਰਗਰ ਖਾਣੇ ਆ ਅੱਜ ਦੇ ਦੌਰ ਵਿੱਚ ਪ੍ਰੇਮ ਵਿਆਹ ਕਰਨ ਦਾ ਰਿਵਾਜ ਬਹੁਤ ਵੱਧ ਗਿਆ ਹੈ ਪਰ ਬਹੁਤ ਘੱਟ ਪ੍ਰੇਮ ਵਿਆਹ ਅਜੇ ਹੁੰਦੇ ਹਨ ਜੋ ਜ਼ਿਆਦਾ ਸਮਾਂ ਟਿਕ ਪਾਉਂਦੇ ਹਨ ਗੁਰਦਾਸਪੁਰ ਵਿੱਚ ਇੱਕ ਅਜਿਹਾ ਹੀ ਜੋੜਾ ਹੈ ਜਿਨ੍ਹਾਂ ਤੋਂ ਲਵ ਮੈਰਿਜ ਤੋਂ ਬਾਅਦ ਉਹਨਾਂ ਦੇ ਪਰਿਵਾਰਾਂ ਨੇ ਉਹਨਾਂ ਤੋਂ ਮੁੱਖ ਮੋੜ ਲਿਆ ਪਰ ਉਹਨਾਂ ਨੇ ਮਿਹਨਤ ਕਰ ਸਾਬਿਤ ਕਰ ਦਿੱਤਾ ਕਿ ਮਨ ਵਿੱਚ ਆਪਣੀ ਮੰਜ਼ਿਲ ਨੂੰ ਹਾਸਲ ਕਰਨ ਦੀ ਹਿੰਮਤ ਹੋਵੇ ਇੱਕ ਦੂਜੇ ਤੇ ਵਿਸ਼ਵਾਸ ਹੋਵੇ ਇੱਕ ਦੂਜੇ ਦੀਆਂ ਭਾਵਨਾਵਾਂ ਸਮਝਣ ਵਾਲੀ ਸਮਝ ਹੋਵੇ ਤਾਂ ਮੁਸ਼ਕਲਾਂ ਤੇ ਜਿੱਤ ਹਾਸਲ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਉਹਨਾਂ ਦੀ ਜ਼ਿੰਦਗੀ ਬਾਰੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਪਤੀ ਨੇ ਕਿਹਾ ਕਿ ਉਸ ਦੀ ਪਤਨੀ ਦੇ ਜੋ ਵੀ ਸੋਨੇ ਦੇ ਗਹਿਣੇ ਸਨ ਉਸ ਨੂੰ ਵੇਚ ਕੇ ਉਹਨਾਂ ਇਹ ਕੰਮ ਖੋਲਿਆ ਉਹਨਾਂ ਇਹ ਕੰਮ ਸ਼ੁਰੂ ਕੀਤਾ ਜੋ ਬਾਬੇ ਦੀ ਕਿਰਪਾ ਨਾਲ ਅੱਜ ਸਹੀ ਚੱਲ ਰਿਹਾ ਇਸ ਦੌਰਾਨ ਉਹਨਾਂ ਨੂੰ ਕਿਹੜੀ ਕਿਹੜੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਆਓ ਸੁਣਦੇ ਹਾਂ ਮੈਂ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ ਔਰ ਜਦੋਂ ਸਾਡੀ ਮੈਰਿਜ ਹੋਈ ਸੀ ਤੇ ਮੈਰਿਜ ਤੋਂ 2 ਮਹੀਨੇ ਬਾਅਦ ਹੀ ਲੋਕਡਾਊਨ ਲੱਗ ਗਿਆ ਮੇਰੀ ਵੀ ਜੌਬ ਛੱਡੀ ਗਈ ਇਹਨਾਂ ਦਾ ਵੀ ਕੰਮ ਸਾਰਾ ਲੌਸ ਹੋ ਗਿਆ ਇਹ ਨੈਟਵਰਕਿੰਗ ਦਾ ਕੰਮ ਕਰਦੇ ਸੀ ਤੇ ਇਸ ਤੋਂ ਬਾਅਦ 1 ਸਾਲ ਫ੍ਰੀ ਰਹੇ ਆ ਇਹ ਅਸੀਂ ਕਿਤੇ ਖਾਣ ਪੀਣ ਗਏ ਸੀ ਤੇ ਮੇਰੇ ਦਿਮਾਗ 'ਚ ਉਹ ਤੋਂ ਵੇਖ ਕੇ ਆਈਡੀਆ ਆਇਆ ਕਿ ਅਸੀਂ ਫਾਸਟ ਫੂਡ ਦਾ ਕੰਮ ਕਰਾਂਗੇ ਹਾਂਜੀ ਸਾਡੀ ਲਵ ਮੈਰਿਜ ਆ ਬਟ ਕਿ ਜਦੋਂ ਮੈਂ ਇਹਨਾਂ ਨਾਲ ਅਸੀਂ ਪਹਿਲੇ ਤੁਹਾਨੂੰ ਪਹਿਲੇ ਵੀ ਦੱਸ ਚੁੱਕਿਆ ਕਿ ਇਸ ਤੋਂ ਪਹਿਲੇ ਅਸੀਂ ਕਲਨੌਰ ਤੋਂ ਕੰਮ ਸ਼ੁਰੂ ਕੀਤਾ ਸੀ ਅਸੀਂ ਪਹਿਲੇ ਤੇ ਜਦੋਂ ਮੈਂ ਇਹਨਾਂ ਨਾਲ ਰੇੜੀ ਦੇ ਕੰਮ ਤੇ ਜਾਂਦੀ ਸੀ ਤੇ ਬਹੁਤ ਸਾਰੀਆਂ ਗੱਲਾਂ ਕਰਦੇ ਸੀ ਤੇ ਪਿੰਡਾਂ ਵਿੱਚ ਤਾਂ ਤੁਸੀਂ ਜਾਣਦੇ ਹੋਵੋਗੇ ਕਿਸ ਤਰ੍ਹਾਂ ਦੇ ਲੋਕ ਹੁੰਦੇ ਆ ਇਹਨਾਂ ਦੇ ਘਰ ਦੇ ਬੋਲਦੇ ਸੀ ਕਿ ਸਾਨੂੰ ਚੰਗਾ ਨਹੀਂ ਲੱਗਦਾ ਹੈਗਾ ਕਿ ਸਾਡੀ ਨੂੰ ਇੱਥੇ ਰੇੜੀ ਦੇ ਕੰਮ ਕਰਦੀ ਹੈ ਤੇ ਹੋਰ ਵੀ ਪਿੰਡ ਦੇ ਲੋਕ ਵੀ ਉਹਨਾਂ ਨੂੰ ਜਾ ਕੇ ਲੰਬੇ ਦਿੰਦੇ ਸੀਗੇ ਤੁਹਾਡੀ ਨੂੰ ਇੱਥੇ ਕੰਮ ਕਰਦੀ ਹੈ ਜੀ ਆ ਉਹ ਆ ਬਹੁਤ ਸਾਰੀਆਂ ਗੱਲਾਂ ਕਰਦੇ ਸੀ ਤਰ੍ਹਾਂ ਤਰ੍ਹਾਂ ਦੀਆਂ ਮੇਰੇ ਬਾਰੇ ਅਸੀਂ ਬਹੁਤ ਸਟਰਗਲ ਕੀਤਾ ਆਪਣੀ ਲਾਈਫ ਵਿੱਚ ਅਸੀਂ ਦੋਨਾਂ ਨੇ ਬਹੁਤ ਜ਼ਿਆਦਾ ਸਟਰਗਲ ਕੀਤਾ ਸੀ ਪਰਿਵਾਰ ਦਾ ਸਾਥ ਰਿਹਾ ਜਾਂ ਪਰਿਵਾਰ ਦੂਰੀ ਹੈ ਨਹੀਂ ਜਦੋਂ ਅਸੀਂ ਕੰਮ ਸ਼ੁਰੂ ਕਰਨਾ ਸੀ ਤੇ ਉਹ ਗੁੱਸਾ ਕਰਦੇ ਸੀ ਕਿ ਇਹ ਵਾਲਾ ਕੰਮ ਤੁਸੀਂ ਮਤਲਬ ਕਿ ਮਜ਼ਾਕ ਵਿੱਚ ਲੈਂਦੇ ਸੀ ਸਾਡੇ ਕੰਮ ਨੂੰ ਤੇ ਜਦੋਂ ਦੀ ਸਾਡੀ ਵੀਡੀਓਸ ਚਲੋ ਵਾਇਰਲ ਹੋਈਆਂ ਵਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਸਾਡੇ ਖੁਦਾ ਦਾ ਵੀ ਪਰਮੇਸ਼ਵਰ ਦਾ ਬਹੁਤ ਧੰਨਵਾਦ ਆ ਸਾਡਾ ਔਰ ਬਹੁਤ ਸਾਰੇ ਲੋਕ ਜਿਹੜੇ ਵੀਡੀਓ ਵੇਖ ਕੇ ਸਾਡੇ ਕੋਲ ਆਉਂਦੇ ਆ ਸਾਨੂੰ ਬਹੁਤ ਪਸੰਦ ਕਰਦੇ ਆ ਸਾਨੂੰ ਦੋਨਾਂ ਨੂੰ ਉਸ ਤੋਂ ਬਾਅਦ ਸਾਡੇ ਪਰਿਵਾਰ ਵਾਲੇ ਵੀ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਮਿਲਦੇ ਪਏ ਆ ਉਹਨਾਂ ਵਾਸਤੇ ਤੁਹਾਨੂੰ ਜਿਹੜਾ ਜ਼ਿੰਦਗੀ ਦਾ ਚੱਕਾ ਜਾਮ ਹੋ ਚੁੱਕਿਆ ਹੈ ਹਾਂਜੀ ਹੁਣ ਇਸ ਪਾਸਪੋਰਟ ਦੀ ਰੇੜੀ ਤੋਂ ਪੂਰਿਆ ਕੋਈ ਕੰਮ ਹਾਂਜੀ ਬਹੁਤ ਵਧੀਆ ਸਾਡੀ ਇਨਕਮ ਵੀ ਇੱਥੇ ਵਧੀਆ ਵਾ ਪਹਿਲੇ ਮੇਰੇ ਹਸਬੰਡ ਬੰਦੇ ਨਹੀਂ ਸੀ ਹੈਗੇ ਹੁਣ ਅਸੀਂ ਇਸ ਕੰਮ ਤੋਂ ਬਹੁਤ ਖੁਸ਼ ਹਾਂ ਦੋਨੋਂ ਸਾਡੀ ਇਨਕਮ ਵੀ 60-70 ਹਜ਼ਾਰ ਰੁਪਏ ਦੀ ਹੈਗੀ ਹੈ ਇੱਕ ਮਹੀਨੇ ਦੀ ਤੁਸੀਂ ਇਹ ਜਿਸ ਤਰ੍ਹਾਂ ਤੁਸੀਂ ਕਦੇ ਖੁਦ ਨਹੀਂ ਮੰਨ ਕੇ ਆਇਆ ਕਿ ਮੈਂ ਜਿਸ ਤਰ੍ਹਾਂ ਪਹਿਲਾਂ ਤੁਸੀਂ ਜੋਬ ਕਰਦੇ ਤੇ ਹੁਣ ਮੈਂ ਇੱਕ ਸੜਕ ਦੇ ਉੱਤੇ ਆ ਕੇ ਰੇੜੀ ਲਗਾ ਕੇ ਯਾਨੀ ਕਿ ਆਮ ਕਈਆਂ ਨੇ ਆਮ ਕੁੜੀਆਂ ਦੇ ਦਿਮਾਗ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਮੈਂ ਇਹ ਜਿਹਾ ਕੰਮ ਜਿਹੜਾ ਉਹ ਨਹੀਂ ਕਰਦਾ ਕਿਉਂਕਿ ਕਈ ਵਾਰੀ ਆਪਣੀ ਸ਼ਾਨ ਦੇ ਖਿਲਾਫ ਹਾਂਜੀ ਹਾਂਜੀ ਨਹੀਂ ਮੈਨੂੰ ਸ਼ੁਰੂ ਤੋਂ ਪਹਿਲੇ ਲੱਗਦਾ ਸੀ ਹੁਣ ਬਹੁਤ ਵਧੀਆ ਲੱਗਦਾ ਇੱਥੇ ਕੰਮ ਇੱਥੇ ਆ ਕੇ ਕੰਮ ਕਰਨਾ ਅਸੀਂ ਦੋਨੋਂ ਸਾਡਾ ਦੋਨਾਂ ਨੂੰ ਇੱਕ ਦੂਜੇ 'ਤੇ ਵਿਸ਼ਵਾਸ ਆ ਇਹਨਾਂ ਨੇ ਵੀ ਨਹੀਂ ਕਦੀ ਮੈਨੂੰ ਕੁਛ ਗਲਤ ਬੋਲਿਆ ਹੈਗਾ ਔਰ ਵਧੀਆ ਲੱਗਦਾ ਮੈਨੂੰ ਇੱਥੇ ਆ ਕੇ ਕੰਮ ਕਰਨਾ ਕੀ ਕਹਿਣਾ ਚਾਹੋਗੇ ਦੂਸਰੇ ਲੋਕਾਂ ਨੂੰ ਜਿਹੜੇ ਆਪਣੀ ਜ਼ਿੰਦਗੀ ਤੋਂ ਹਾਰ ਮੰਨ ਚੁੱਕੇ ਨੇ ਜਾਂ ਕੋਨਾ ਵੈਸੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਚਲਾਉਂਦਾ ਪਿਆ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਸਾਰਿਆਂ ਨੂੰ ਕਿ ਕੋਈ ਵੀ ਕੰਮ ਸਾਡੇ ਲਈ ਛੋਟਾ ਵੱਡਾ ਨਹੀਂ ਆ ਤੁਹਾਡੇ ਮਾਈਂਡ ਵਿੱਚ ਜਿਸ ਤੇ ਤੁਸੀਂ ਕਾਬਿਲ ਹੋ ਜਿਹੜਾ ਕੰਮ ਤੁਹਾਨੂੰ ਲੱਗਦਾ ਕਿ ਅਸੀਂ ਕਰ ਸਕਦੇ ਹਾਂ ਤੇ ਬਿਨਾ ਸੋਚੇ ਸਮਝੇ ਜਿਸ ਤਰ੍ਹਾਂ ਅਸੀਂ ਇਸ ਕੰਮ ਵਿੱਚ ਹੱਥ ਪਾ ਲਿਆ ਸੀ ਅਸੀਂ ਕਿਸੇ ਤੋਂ ਵੀ ਕੰਮ ਨਹੀਂ ਸਿੱਖਿਆ ਹੈਗਾ ਔਰ ਅਸੀਂ ਯੂਟਿਊਬ ਤੋਂ ਦੇਖ ਕੇ ਹੀ ਇੱਥੇ ਤੱਕ ਆਏ ਆ ਕੰਮ ਸਿੱਖਿਆ ਯੂਟਿਊਬ ਤੋਂ ਦੇਖ ਕੇ ਹਾਂ ਯੂਟਿਊਬ ਤੋਂ ਦੇਖ ਕੇ ਅਸੀਂ ਕੰਮ ਸਿੱਖਿਆ ਅਸੀਂ ਕਿਸੇ ਤੋਂ ਨਹੀਂ ਸਿੱਖਿਆ ਹੈਗਾ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਸਾਰਿਆਂ ਨੂੰ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਆ ਔਰ ਤੁਸੀਂ ਵਧੀਆ ਤਰੀਕੇ ਨਾਲ ਹਾਂਜੀ ਸਰ ਲਵ ਮੈਰਿਜ ਸਾਡੀ ਇਸ ਤਰ੍ਹਾਂ ਹੋਈ ਸੀ ਕਿ ਅਸੀਂ ਤਾਂ ਚਲੋ ਬਚਪਨ 'ਚ ਵੈਸੇ ਤਾਂ ਮਿਲੇ ਸੀ ਇੱਕ ਦੂਜੇ ਨੂੰ ਛੋਟੇ ਹੈ ਨਾ ਛੋਟੇ ਪੰਜ 'ਚ ਮਿਲੇ ਸੀ ਅਸੀਂ ਬਹੁਤ ਛੋਟੇ ਹੁੰਦੇ ਸੀ ਉਦੋਂ ਤਾਂ ਬਹੁਤ ਜ਼ਿਆਦਾ ਕਹਿਣ ਦਾ ਮਤਲਬ ਕਿ ਅਸੀਂ 7th ਕਲਾਸ 'ਚ ਹੀ ਮਿਲਦੇ ਅਤੇ ਇੱਕ ਦੂਜੇ ਨੂੰ ਅਸੀਂ ਜਾਣਦੇ ਸੀ ਹੈ ਨਾ
ਤੇ ਚਲੋ ਆਪਾਂ ਬਚਪਨ 'ਚ ਇੱਕ ਦੂਜੇ ਨੂੰ ਵਾਅਦਾ ਕਰਤਾ ਸੀ ਅਸੀਂ ਵਿਆਹ ਕਰਾਵਾਂਗੇ ਕਰਦੇ ਕਰਦੇ ਰੱਬ ਵੱਲੋਂ ਚਲੋ ਬਹੁਤ ਵਧੀਆ ਅਸੀਂ ਪਸੰਦ ਕਰਦੇ ਸੀ ਇੱਕ ਦੂਜੇ ਨੂੰ ਵਿਆਹ ਹੋ ਗਿਆ ਸਾਡਾ ਬਹੁਤ ਵਧੀਆ 2 ਸਾਲ ਸਾਡੇ ਮੈਰਿਜ ਨੂੰ ਹੋ ਗਿਆ ਹੈ ਨਾ ਅਤੇ ਉਸਦੇ ਵਿੱਚ ਕਾਫੀ ਸਾਨੂੰ ਪ੍ਰੋਬਲਮਸ ਆ ਗਈ ਸੀ ਜਦੋਂ ਕੰਮ ਸਾਡਾ ਲੋਸ 'ਚ ਹੋ ਗਿਆ ਸੀ ਸਾਨੂੰ ਹੈ ਨਾ ਲੋਕਡਾਊਨ ਦੇ ਦੌਰਾਨ ਜਿੱਦਾਂ ਸਾਡਾ ਮੈਰਿਜ ਹੋ ਗਿਆ ਸੀ ਅਤੇ ਉਸਦੇ ਵਿੱਚ 2 ਮਹੀਨੇ ਬਾਅਦ ਸਾਨੂੰ ਮਤਲਬ ਕਿ ਕਾਫੀ ਪ੍ਰੋਬਲਮਸ ਆਈਆਂ ਲਾਈਫ ਦੇ ਵਿੱਚ ਜਿਹਦੇ ਕਰਕੇ ਲਾਈਫ ਦੇ ਵਿੱਚ ਦਿੱਕਤ ਬੜੀਆਂ ਆ ਰਹੀਆਂ ਸੀ ਸਾਨੂੰ ਮਤਲਬ ਕੰਮ ਦਾ ਕੋਈ ਸਿਸਟਮ ਸਮਝ ਨਹੀਂ ਆ ਰਿਹਾ ਸੀ ਕਿਉਂ ਮੈਨੂੰ 1 ਸਾਲ ਵਿਹਲਾ ਰਹਿਣਾ ਪਿਆ ਵਿੱਚ ਅਤੇ ਮਾਇੰਡ ਪੂਰਾ ਡਿਸਟਰਬ ਹੋ ਗਿਆ ਸੀ ਕਿ ਕੋਈ ਸਮਝ ਨਹੀਂ ਆ ਰਿਹਾ ਸੀ ਲਾਈਫ ਦਾ ਅਤੇ ਮੇਰੇ ਵਾਈਫ ਕਹਿੰਦੇ ਕਿ ਆਪਾਂ ਨਾ ਕੋਈ ਕੰਮ ਕਰੀਏ ਕਰਕੇ ਕੋਈ ਫਾਸਟ ਫੂਡ ਦਾ ਮਤਲਬ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਆਈਡੀਆ ਆਇਆ ਅਤੇ ਇਹ ਕਹਿੰਦੇ ਕਿ ਆਪਾਂ ਇਹ ਕੰਮ ਕਰਦੇ ਹਾਂ ਫਾਸਟ ਫੂਡ ਦਾ ਬਟ ਮੈਂ ਇਹਨਾਂ ਨੂੰ ਕਿਹਾ ਕਿ ਆਪਾਂ ਨਹੀਂ ਇਹ ਕੰਮ ਨਹੀਂ ਕਰ ਸਕਦੇ ਕਿਉਂਕਿ ਇਹ ਰੇਹੜੀ 'ਤੇ ਆਪਣੇ ਕੋਈ ਕੰਮ ਹੋਏਗਾ ਨਹੀਂ ਹੈ ਨਾ ਕਿਉਂਕਿ ਉਹਦਾ ਨਾ ਕੋਈ ਸਿਸਟਮ ਹੀ ਆਪਣਾ ਕਿ ਜਿਹੜਾ ਆਪਾਂ ਸ਼ੋਪ ਲੈ ਸਕੀਏ ਨਾ ਕੁਛ ਰੇਹੜੀ ਦਾ ਵੀ ਸਿਸਟਮ ਨਹੀਂ ਕਿ ਆਪਾਂ ਕੋਈ ਰੇਹੜੀ ਦਾ ਇੱਕ ਅਰੇਂਜਮੈਂਟ ਕਰ ਸਕੀਏ ਕਿਉਂਕਿ ਉਹਦੇ ਕੋਲ ਫਾਈਨੈਂਸ਼ੀਅਲੀ ਥੋੜ੍ਹੀ ਪ੍ਰੋਬਲਮ ਸੀ ਸਾਨੂੰ ਅਤੇ ਜਿਹੜਾ ਇਹਦੇ ਵਿੱਚ ਆਪਾਂ ਦਿੱਕਤ ਹੋ ਰਹੀ ਸੀ ਸਾਨੂੰ ਥੋੜ੍ਹੇ ਜਿਹੇ ਮੈਂ ਪੁੱਛਿਆ ਕਾਫੀ ਲੋਕਾਂ ਨੂੰ ਪੁੱਛਿਆ ਬਟ ਉਹਦੇ ਵਿੱਚ ਬੜੇ ਲੋਕਾਂ ਨੇ ਮੈਨੂੰ ਹੱਥ ਖੜੇ ਕਰਦੇ ਸੀ ਕਿਉਂਕਿ ਉਸ ਟਾਈਮ ਮੇਰੇ ਕੋਲ ਕੋਈ ਸਿਸਟਮ ਨਹੀਂ ਸੀ ਕਿ ਪੈਸਿਆਂ ਦਾ ਕਿ ਮੈਂ ਕਿਤੋਂ ਅਰੇਂਜ ਕਰ ਸਕਾਂ ਜਾਂ ਆਪਣੇ ਕੋਲ ਕੁਝ ਹੈ ਵੀ ਨਹੀਂ ਫਿਰ ਆਪਾਂ ਇੱਕ ਫੋਨ ਸੇਲ ਕੀਤਾ ਜਿਹੜਾ 24,000 ਰੁਪਏ ਦਾ ਮੇਰਾ ਓਪੋ ਦਾ F9 Pro ਸੀ ਉਹ ਸੇਲ ਕੀਤਾ ਅਤੇ ਉਹਦੇ ਵਿੱਚੋਂ 10,000 ਰੁਪਇਆ ਮੈਨੂੰ ਮਿਲਿਆ ਜਿੱਦਾਂ ਫੋਨ ਦਾ ਸੇਲ ਅਤੇ ਇੱਕ ਆਪਾਂ ਫਿਰ ਫੋਨ ਦਾ ਇੱਕ ਗੋਲਡ ਆਪਾਂ ਸੇਲ ਕੀਤਾ ਆਪਣੇ ਕੋਲ ਪਿਆ ਸੀ ਅਤੇ ਉਹ ਕਰਕੇ ਆਪਾਂ ਸਾਰਾ ਅਰੇਂਜਮੈਂਟ ਕਰਕੇ ਅਤੇ ਇਹ ਜਿਹੜਾ ਆਪਣਾ ਖਰਚਾ ਸ਼ੁਰੂ ਹੋਇਆ ਅਤੇ 50,000 ਰੁਪਇਆ ਆਪਾਂ ਇਹਦੇ 'ਤੇ ਲੱਗ ਗਿਆ ਸਾਰਾ ਆਪਾਂ ਕਿਹਾ ਕਿ ਚਲੋ ਹੋ ਜਾਏਗਾ 10-15,000 'ਚ ਸ਼ੁਰੂ ਪਰ ਨਹੀਂ ਜਦੋਂ ਆਪਾਂ ਹੱਥ ਪਾਇਆ ਨਾ ਇਹਦੇ ਵਿੱਚ ਹੌਲੀ ਹੌਲੀ ਕਰਦੇ ਕਰਦੇ 50,000 ਰੁਪਇਆ ਸਾਨੂੰ ਇਹਦੇ ਵਿੱਚ ਲੱਗ ਗਿਆ ਸੀ ਕੰਮ ਦੇ ਜਦੋਂ ਇਹ ਆਪਾਂ ਸ਼ੁਰੂ ਕਰਤਾ ਸੀ ਕੰਮ ਅਤੇ ਆਪਾਂ ਪਹਿਲਾਂ ਤਾਂ ਕਲਾਨੂਰ ਸ਼ੁਰੂ ਕੀਤਾ ਸੀ ਬ੍ਰਦਰ ਕਲਾਨੂਰ ਜਦੋਂ ਸ਼ੁਰੂ ਕੀਤਾ ਅਤੇ ਉਸ ਟਾਈਮ ਦੇ ਵਿੱਚ ਮੈਂ ਜਦੋਂ ਆਪਣੀ ਵਾਈਫ ਨੂੰ ਲੈ ਕੇ ਜਾਂਦਾ ਸੀ ਮੇਰੇ ਥੋੜ੍ਹੇ ਫੈਮਿਲੀ ਦੇ ਵਿੱਚ ਉਸ ਤਰ੍ਹਾਂ ਦੇ ਮਤਲਬ ਕਿ ਕਰਦੇ ਸੀ ਕਿ ਤੂੰ ਆਪਣੀ ਵਾਈਫ ਨੂੰ ਕਿਉਂ ਨਾਲ ਲੈ ਕੇ ਜਾਂਦਾ ਜਾਂ ਆਪਣੇ ਕੰਮ ਦੇ ਵਿੱਚ ਕਿਉਂ ਨਾਲ ਲੈ ਕੇ ਜਾਣਾ ਚੰਗਾ ਨਹੀਂ ਲੱਗਦਾ ਇੱਕ ਔਰਤ ਮਤਲਬ ਕਿ ਤੇਰੇ ਨਾਲ ਜਾਂਦੀ ਹੈ ਕੁੜੀ ਤੇਰੇ ਨਾਲ ਜਾਂਦੀ ਹੈ ਕੰਮ ਕਰਨ ਵਾਸਤੇ ਔਰ ਲੋਕਾਂ ਦੀ ਨਜ਼ਰ ਵੀ ਕਈ ਉਸ ਤਰ੍ਹਾਂ ਦੀ ਹੁੰਦੀ ਆ ਬਟ ਆਪਾਂ ਉਸ ਚੀਜ਼ਾਂ ਨੂੰ ਇਗਨੋਰ ਕੀਤਾ ਕਈ ਲੋਕਾਂ ਨੇ ਮੇਰੇ ਘਰ ਦੇ ਵਿੱਚ ਆ ਕੇ ਨਾ ਭੜਕਾਇਆ ਵੀ ਹੈਗਾ ਕਿ ਉਹ ਮਤਲਬ ਕਿ ਇਸ ਤਰ੍ਹਾਂ ਤੁਹਾਡੀ ਜਾਂਦੀ ਹੈ ਅਤੇ ਉਹਨੂੰ ਮਨਾ ਕਰੋ ਜਾਂ ਯੇ ਵੋ ਅਤੇ ਕਈ ਲੋਕਾਂ ਨੇ ਮੇਰੇ ਡੈਡੀ ਤੱਕ ਨੂੰ ਵੀ ਇੰਨੀ ਗੱਲ ਕਰਤੀ ਕਿ ਤੁਹਾਡੀ ਕਿਉਂਕਿ ਆਪਾਂ ਤਾਂ ਸੱਚ ਬੋਲਦੇ ਪਏ ਹਾਂ ਭਾਅ ਜੀ ਜੋ ਸਾਡੇ ਨਾਲ ਜ਼ਿੰਦਗੀ ਦੇ ਵਿੱਚ ਲਾਈਫ 'ਚ ਹੋਇਆ ਅਤੇ ਕਈ ਲੋਕਾਂ ਨੇ ਇਹ ਵੀ ਕਹਿਤਾ ਸੀ ਕਿ ਤੁਹਾਡੇ ਇੱਕ ਜਿੱਦਾਂ ਮੇਰੇ ਪਾਪਾ ਨੂੰ ਕਿ ਕਿਸੇ ਨੇ ਦੱਸਿਆ ਸੀ ਕਿ ਕੋਈ ਇਸ ਤਰ੍ਹਾਂ ਬਾਹਰ ਗੱਲ ਕਰਦਾ ਕਿ ਇੱਕ ਬੰਦੇ ਨੇ ਇੱਦਾਂ ਗੱਲ ਕੀਤੀ ਕਿ ਇੱਕ ਜਨਾਨੀ ਬੜੀ ਸੋਹਣੀ ਆ ਉੱਥੇ ਜਾ ਕੇ ਉਹਦੇ ਕੋਲ ਜਾ ਕੇ ਆਪਾਂ ਖਾਂਦੇ ਹਾਂ ਬਰਗਰ ਖਾਂਦੇ ਹਾਂ ਅਤੇ ਉਹਨਾਂ ਦਾ ਮਤਲਬ ਕਿ ਕਈਆਂ ਦੀ ਦੇਖਣੀ ਬੜੀ ਗਲਤ ਹੁੰਦੀ ਆ ਜਿਸ ਤਰ੍ਹਾਂ ਕਰਕੇ ਅੱਜ ਕੱਲ੍ਹ ਦੀ ਸਹੀ ਗੱਲ ਆ ਜਿਸ ਤਰ੍ਹਾਂ ਚਲੋ ਉਹਨਾਂ ਦੀ ਵੀ ਸੋਚ ਇੱਕ ਹਿਸਾਬ ਨਾਲ ਸਹੀ ਸੀ ਕਿਉਂਕਿ ਲੋਕਾਂ ਦਾ ਜਿੱਦਾਂ ਨਜ਼ਰੀਆ ਆ ਅਤੇ ਉਹਨਾਂ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੁੰਦੀ ਹੈ ਨਾ ਅਤੇ ਆਪਾਂ ਇਹ ਗੱਲ ਕਰ ਸਕਦੇ ਹਾਂ ਬਟ ਆਪਾਂ ਹਿੰਮਤ ਨਹੀਂ ਹਾਰੀ ਆਪਾਂ ਕਿਹਾ ਨਹੀਂ ਆਪਾਂ ਕੰਮ ਕਰਨਾ ਅਤੇ ਕਰਨਾ ਹੀ ਆ ਜਿੱਦਾਂ ਮਰਜ਼ੀ ਬੜੀ ਸਪੋਰਟ ਆ ਭਾਅ ਜੀ ਬਹੁਤ ਜ਼ਿਆਦੀ ਮੈਂ ਕਹਿੰਦਾ ਇੰਨੀ ਜ਼ਿਆਦੀ ਭਾਅ ਜੀ ਕਿਉਂਕਿ ਇਹ ਕੰਮ ਮੇਰਾ ਹੈ ਨਹੀਂ ਆ ਜਿਹੜੀ ਅਸਲ ਗੱਲ ਦੱਸਾਂ ਇਹ ਕੰਮ ਮੈਂ ਕਰ ਵੀ ਨਹੀਂ ਸਕਦਾ ਕਿਉਂਕਿ ਜੇ ਇਹਦੀ ਸਪੋਰਟ ਨਾ ਹੋਏ ਤਾਂ ਮੈਂ ਕੰਮ ਨਹੀਂ ਕਰ ਸਕਦਾ ਕੀ ਮੈਸੇਜ ਦੇਣਾ ਚਾਹੋਗੇ ਉਹ ਜਨਤਾ ਨੂੰ ਨੌਜਵਾਨਾਂ ਨੂੰ ਹਾਂਜੀ ਹਾਂਜੀ ਮੈਂ ਮੈਸੇਜ ਤੁਹਾਨੂੰ ਜਨਤਾ ਨੂੰ ਇਹੀ ਦੇਣਾ ਚਾਹਾਂਗਾ ਕਿ ਜਿਸ ਤਰ੍ਹਾਂ ਮੈਂ ਆਪਣੀ ਲਾਈਫ ਦੇ ਵਿੱਚ ਗੱਲ ਕਰਾਂ ਮੇਰੇ ਲਾਈਫ ਦੇ ਵਿੱਚ ਜੋ ਵੀ ਅੱਜ ਕੱਲ੍ਹ ਹੈਗਾ ਸਾਰਾ ਮਤਲਬ ਕਿ ਮੇਰੀ ਵਾਈਫ ਦਾ ਹੀ ਅੱਜ ਕੱਲ੍ਹ ਜੋ ਵੀ ਸਪੋਰਟ ਮੇਰਾ ਆ ਅੱਜ ਅਗਰ ਇਸ ਕੰਮ ਦੇ ਵਿੱਚ ਆਪਾਂ ਆਉਂਦੇ ਹਾਂ ਅਤੇ ਹੋਰ ਵੀ ਜਨਤਾ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਅਗਰ ਤੁਹਾਡੇ ਕੋਈ ਕੰਮ ਨਹੀਂ ਹੈਗਾ ਘਰ ਨਹੀਂ ਹੈਗਾ ਕੁਛ ਨਹੀਂ ਹੈਗਾ ਜਿਸ ਤਰ੍ਹਾਂ ਮੈਂ 1 ਸਾਲ ਵਿਹਲਾ ਰਿਹਾ ਮੇਰੇ ਦਿਮਾਗ ਦੇ ਵਿੱਚ ਬੜੀਆਂ ਗੱਲਾਂ ਚੱਲਦੀਆਂ ਸੀ ਕਿ ਮੈਂ ਕੀ ਕਰਾਂ ਕੀ ਕਰਾਂ ਕਈ ਵਾਰੀ ਮੇਰੇ ਦਿਮਾਗ 'ਚ ਆਇਆ ਕਿ ਮੈਂ ਸੁਸਾਈਡ ਕਰ ਲਾਂ ਹੁਣ ਮੈਂ ਬਸ ਆਹ ਜ਼ਿੰਦਗੀ ਨੂੰ ਛੱਡਦਾ ਖਤਮ ਕਰਦਾ ਬਟ ਮੈਂ ਇਹਦੇ ਕਰਕੇ ਫਿਰ ਮੇਰੀ ਜਦੋਂ ਵਾਈਫ ਆਈ ਉਹਦੇ ਕਰਕੇ ਮੇਰੀ ਲਾਈਫ ਕਹਿੰਦੇ ਨਾ ਕਦੀ ਕੋਈ ਜਨਾਨੀ ਦੇ ਮਤਲਬ ਕਿ ਪੈਰ ਹੀ ਉਸ ਤਰ੍ਹਾਂ ਦੇ ਹੁੰਦੇ ਆ ਉਹ ਮੇਰੇ ਨਾਲ ਬਹੁਤ ਵਧੀਆ ਹੋਇਆ ਬਾਕੀ ਮੇਰੇ ਵਾਈਫ ਦਾ ਇੰਨਾ ਕੁ ਸਪੋਰਟ ਆ ਕਿ ਅੱਜ ਕੰਮ 'ਤੇ ਵੀ ਆਪਾਂ ਆਉਂਦੇ ਹਾਂ ਅਤੇ ਇਹ ਮੈਨੂੰ ਖਿੱਚ ਖਿੱਚ ਕੇ ਨਾਲ ਲੈ ਕੇ ਆਉਂਦੇ ਆ ਕਈ ਵਾਰੀ ਜ਼ਿਆਦਾਤਰ ਮੈਂ ਲੇਟ ਕਰਾ ਦਿੰਦਾ ਉਹਨਾਂ ਕੰਮ ਨੂੰ ਤੁਹਾਨੂੰ ਬਹੁਤ ਵਧੀਆ ਲੱਗਦਾ ਇੱਥੇ ਕੰਮ ਕਰਨਾ ਬੜਾ ਵਧੀਆ ਲੱਗਦਾ ਜਦੋਂ ਆਪਾਂ ਜੋਬ ਕਰਦੇ ਸੀ ਉਹਦੇ ਵਿੱਚ ਮੇਰਾ ਕੰਮ ਨੈਟਵਰਕਿੰਗ ਦਾ ਸੀ ਅਤੇ ਉਹਦੇ ਵਿੱਚ ਮੇਰੀ ਕਾਫੀ ਇਨਕਮ ਸੀ ਵਧੀਆ ਠੀਕ 40-45,000 ਰੁਪਏ ਜਿਹੜਾ ਮੈਂ ਮੰਥਲੀ ਇਨਕਮ ਆ ਜਾਂਦਾ ਸੀ ਸਾਨੂੰ ਮੈਨੂੰ ਆਉਂਦਾ ਸੀ ਅਤੇ ਉਦੋਂ ਕੰਮ ਦੇ ਵਿੱਚ ਪਰ ਇਹ ਹੀ ਬਹੁਤ ਜ਼ਿਆਦਾ ਸਿਰ ਖਪਾਈ ਮੈਨੂੰ ਬੜੀ ਲੱਗਦੀ ਸੀ ਬਟ ਆਪਾਂ ਇਹ ਕੰਮ ਸ਼ੁਰੂ ਕੀਤਾ ਅੱਜ ਖੁਦਾ ਦਾ ਬੜਾ ਧੰਨਵਾਦ ਆ ਹੈ ਨਾ ਅਤੇ ਉਹਨਾਂ ਨੇ ਮੈਨੂੰ ਮਤਲਬ ਕਿ ਇਸ ਕੰਮ ਦੀ ਬਹੁਤ ਵਧੀਆ ਬਰਕਤ ਦਿੱਤੀ ਆ ਤੇ ਜਿਹਦੇ ਕਰਕੇ ਸਾਨੂੰ 60-70,000 ਰੁਪਇਆ ਇੱਥੋਂ ਮਹੀਨੇ ਦਾ ਬਚਦਾ ਪਿਆ ਬੜੀ ਕਿਰਪਾ ਰੱਬ ਦੀ ਗੁਰਦਾਸਪੁਰ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ ਰੰਗਲਾ TV